वाहेगुरु जी का खालसा वाहेगुरु जी की फतेह। अज आपां विचार करदे आं जो कि अज दे समय दे हालात ने, जो सानू बहुत कुछ वेखण नूं मिलदा पिया, आए दिन ही साडे नाल हुंदा पिया, पर पता नहीं अहीं किहो जी मिट्टी दे हो गए आ वी अहीं जो कुछ भी हुंदा उहनूं वेख के बर्दाश्त करके कन्न भलेट के लंघ जांदे आ। कई बार साडे मन दे विच वी आउंदा ਵੀ ਸਾਰੇ ਧਰਮ ਦੇ ਠੇਕੇਦਾਰ ਅਸੀਂ ਬਣ ਜਾਈਏ, ਸਾਰੇ ਧਰਮ ਦੇ ਕਾਰਜ ਜਿਹੜੇ ਉਹ ਸਾਡੇ ਹਿੱਸੇ 'ਚ ਲਿਖੇ ਆ। ਪਰ ਫਿਰ ਸੋਚਦੇ ਹਾਂ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਚੁਣਿਆ ਜਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਾਨੂੰ ਇੱਧਰ ਪੱਖ ਵੱਲ ਲਿਆਂਦਾ, ਕਿਉਂਕਿ ਢਾਡੀ ਕਵੀਸ਼ਰ ਪ੍ਰਚਾਰਕ ਅਤੇ ਹੋਰ ਵੀ ਹੈਗੇ ਪੈਸੇ ਕਮਾਉਣ ਵਾਸਤੇ ਤਾਂ ਸਾਰੇ ਹੀ ਹੈਗੇ ਆ, ਪਰ ਜੇ ਇਸ ਕਾਰਜ ਵਾਸਤੇ ਚੁਣਿਆ ਤਾਂ ਸ਼ਾਇਦ ਹੋ ਸਕਦਾ ਮਹਾਰਾਜ ਨੇ ਸਾਨੂੰ ਚੁਣਿਆ ਹੋਵੇ ਵੀ ਢਾਡੀ ਕਲਾ ਦੇ ਨਾਲ ਨਾ ਸੇਵਾ ਲਈ ਹੋਵੇ, ਹੋ ਸਕਦਾ ਇੱਦਾਂ ਹੀ ਉਹ ਸੇਵਾ ਸਾਡੇ ਤੋਂ ਪ੍ਰਵਾਨ ਕਰਦੇ ਹੋਣ ਮਹਾਰਾਜ। ਅਤੇ ਅੱਜ ਮੈਂ ਵਿਚਾਰ ਇਹ ਕਰਨੀ ਚਾਹੁੰਦਾ ਵਾਂ, ਵੀਰ ਸ਼ਰਨਜੀਤ ਸਿੰਘ ਜੀ ਕੰਗ ਨਾਲ ਬੈਠੇ ਆ ਅਤੇ ਨਾਲ ਵੀਰ ਲਵਰੀਆ ਬੈਠਾ ਨਾਲ, ਕਿਉਂਕਿ ਸਾਰਿਆਂ ਨੂੰ ਪਤਾ ਮੈਂ ਹਰ ਪ੍ਰਕਾਰ ਦੇ ਬੰਦੇ ਦੇ ਨਾਲ ਮੇਰਾ ਬਹਿਣ ਖਲੋਣਾ ਪ੍ਰੇਮ ਪਿਆਰ ਸਾਰਿਆਂ ਨਾਲ ਹੀ ਹੈ, ਭਾਵੇਂ ਉਹ ਸਾਧ ਹੋਵੇ ਅਤੇ ਭਾਵੇਂ ਡਾਂਗ ਸੋਟੇ ਵਾਲਾ ਹੋਵੇ, ਸਾਰਿਆਂ ਨਾਲ ਬਣਾ ਕੇ ਰੱਖਣੀ ਪੈਂਦੀ ਹੈ, ਕਿਉਂਕਿ ਜਿੱਦਾਂ ਦੇ ਹਾਲਾਤ ਆ ਜਿੱਦਾਂ ਦਾ ਸਮਾਂ ਨਾ, ਕਿਉਂਕਿ ਸਾਡਿਆਂ ਨੇ ਅਤੇ ਵੱਡਿਆਂ ਨੇ ਬਸ ਇੱਕੋ ਕੰਮ ਆ ਹੁਣ ਜਿਹੜਾ ਸ਼ੁਰੂ ਕਰ ਲਿਆ ਵਾ, ਧਰਨੇ ਲਾਉਣੇ ਜਾਣ ਦੇ ਹੋਰ ਕੱਖ ਨਹੀਂ, ਧਰਨੇ ਲਾ ਲਏ। ਪਰ ਮੇਰੇ ਕੋਲ ਧਰਨਿਆਂ ਧੁਰਨੇ ਵਾਲਾ ਕੰਮ ਨਹੀਂ ਹੈਗਾ, ਮੈਂ ਤਾਂ ਇਹ ਗੱਲ ਕਹਿੰਦਾ ਵੀ ਜੇ ਕੋਈ ਪਿਆਰ ਨਾ ਆਉਂਦਾ ਸੂਤਰ ਠੀਕ ਆ, ਨਹੀਂ ਤਾਂ ਧੌਣ 'ਤੇ ਗੋਡਾ ਰੱਖੋ। ਮੈਂ ਇਹ ਗੱਲ ਲਾਈਵ ਕਹਿ ਰਿਹਾ ਅੱਜ, ਜੇ ਬਾਹਰ ਬੈਠੇ ਬੰਦੇ ਜਾਂ ਕੋਈ ਵੀ ਸਾਡੀ ਸਪੋਰਟ ਕਰਦੇ ਹੁੰਦੇ ਨਾ, ਤਾਂ ਇੰਨੇ ਚਿਰ ਨੂੰ ਜਾ ਕੇ ਜਿਹੜਾ ਗੁਰਦਾਸ ਮਾਨ ਦੇ ਬੂਹੇ ਗਾੜੀ ਰੌਲੇ ਰੱਪੇ ਪਾਉਣ ਦੀ ਲੋੜ ਨਹੀਂ, ਚੁੱਪ ਕਰਕੇ ਗੁਪਤ ਰਹਿੰਦੇ, ਜਿੱਦਣ ਕਿਤੇ ਜਾ ਕੇ ਖੜਾ ਲਾਉਂਦਾ ਉਦਣ ਧੌਣ 'ਤੇ ਗੋਡਾ ਰੱਖ ਕੇ ਦੱਸਦੇ ਵੀ ਇੱਦਾਂ ਰੱਖੀਦਾ ਏ। ਪਰ ਬਦਕਿਸਮਤੀ ਏਡੀ ਵੱਡੀ ਮੈਂ ਕਹਿ ਸਕਦਾ ਵੀ ਕੋਈ ਬੰਦਾ ਕਿਸੇ ਬੰਦੇ ਨੇ ਬਾਹਰ ਅੰਦਰ ਬੈਠੇ ਨੇ ਸਾਨੂੰ ਸਪੋਰਟ ਨਹੀਂ ਕੀਤੀ, ਜਿਹਦਾ ਕਰਕੇ ਅਸੀਂ ਅੱਜ ਵੀ ਪਿੱਛੇ ਹਾਂ। ਬਹੁਤ ਕੁਝ ਕਾਰਜ ਕਰਨ ਵਾਲੇ ਆ ਜਿਹੜੇ ਕਰਨਾ ਚਾਹੁੰਦੇ ਆ ਪਰ ਕਰ ਨਹੀਂ ਸਕਦੇ, ਕਿਉਂਕਿ ਸਾਨੂੰ ਉਨੀ ਸਪੋਰਟ ਹੀ ਨਹੀਂ ਮਿਲੀ। ਸਪੋਰਟ ਮਿਲੇ ਗਰੰਟੀ ਦੀ ਗੱਲ ਲੈ ਕੇ ਦੇਵਾਂਗੇ, ਇਸ ਟਾਈਮ 'ਤੇ ਖੰਘ ਨਹੀਂ ਦਿੰਦੇ, ਜਿਹੜਾ ਖੰਘੂਗਾ ਪੂਰੇ ਟੰਗ ਟੰਗ ਕੇ ਰੱਖਾਂਗੇ। ਅੱਜ ਦੇ ਸਮੇਂ ਦੇ ਵਿੱਚ ਲੰਡੂ ਜਿਹਾ ਕਲਾਕਾਰ ਉੱਠਦਾ ਸਾਡੇ ਗੁਰੂ ਦੇ ਇਤਿਹਾਸ ਉੱਤੇ, ਗੁਰੂ ਦੀ ਬਾਣੀ ਉੱਤੇ ਕਿੰਤੂ ਪਰੰਤੂ ਕਰਕੇ ਬਾਅਦ ਵਿੱਚ ਅਗਲੇ ਦਿਨ ਸੋਸ਼ਲ ਮੀਡੀਆ 'ਤੇ ਹੱਥ ਜੋੜ ਕੇ ਵੀਡੀਓ ਮਾਫ਼ੀ ਮੰਗ ਲੈਂਦਾ ਜਾਂ ਸਪਸ਼ਟੀਕਰਨ ਦੇ ਦਿੰਦਾ। ਪਰ ਮੈਂ ਕਹਿੰਦਾ ਹੋ ਸਕਦਾ, ਮੈਂ ਵੀਰ ਸ਼ਰਨਜੀਤ ਨੂੰ ਆਖਣ ਡਿਆ ਵੀ ਗੁਰੂ ਨੇ ਲੱਗਦਾ ਸਾਨੂੰ ਢਾਡੀ ਕਲਾ 'ਚੋਂ ਕੱਢ ਕੇ ਸਾਨੂੰ ਉਹਨਾਂ ਕੰਮਾਂ 'ਚ ਪਾਉਣਾ ਪੈਣਾ ਜਿਹੜੇ ਕੰਮਾਂ 'ਚ ਸਾਡੇ ਵੱਡ ਵਡੇਰੇ ਪਹਿਲਾਂ ਉਹ ਜੰਗਲਾਂ ਯੁੱਧਾਂ ਦੇ ਵਿੱਚ ਜੰਗਲਾਂ ਬੇਲਿਆਂ ਵਿੱਚ ਗਰਾਤਾਂ ਕੱਟੀਆਂ ਨਾ, ਉਹ ਜਿਹਾ ਲੱਗਦਾ ਸਮਾਂ ਸਾਡੇ 'ਤੇ ਫਿਰ ਆਉਣਾ, ਕਿਉਂਕਿ ਉਹ ਆਉਣਾ ਹੀ ਪਾਉਣਾ ਇੱਕ ਵਾਰੀ, ਕਿਉਂਕਿ ਜਿਨ੍ਹਾਂ ਨੇ ਤਾਂ ਬਰਦਾਸ਼ਤ ਕਰਨਾ ਕੰਨ ਵਲੇਟ ਕੇ ਲਾਗੋ ਦੇ ਲੰਘ ਜਾਣਾ, ਉਹਨਾਂ ਵਾਸਤੇ ਮਖਮਲੀ ਸੇਜਾਂ ਹੋਣੀਆਂ, ਉਹਨਾਂ ਵਾਸਤੇ ਏਸੀ ਲੱਗੇ ਹੋਣੇ, ਕੂਲਰ ਲੱਗੇ ਹੋਣੇ ਆ, ਪਰ ਜਿਨ੍ਹਾਂ ਨੇ ਨਹੀਂ ਬਰਦਾਸ਼ਤ ਕਰਨਾ ਜ਼ੁਲਮ ਉਹਨਾਂ ਵਾਸਤੇ ਜੰਗਲ ਬਿੱਲ ਹੀ ਹੋਣੇ ਕੰਮ। ਇਹ ਕਰਕੇ ਜੇ ਤਾਂ ਇਹ ਜਿਹੜੇ ਕਲਾਕਾਰ ਜਿਹੜੇ ਲੰਡੂ ਜੇ ਉੱਠ ਕੇ ਤੀਜੇ ਕੁ ਦਿਨ ਕੋਈ ਨਾ ਕੋਈ ਗੱਲ ਕਰਕੇ ਮਾਫ਼ੀ ਮੰਗ ਲੈਂਦੇ ਆ, ਮੈਂ ਕਹਿੰਦਾ ਸਟਾਮ ਦੇ ਉੱਤੇ ਸਾਈਨ ਕਰਕੇ ਦਿੰਦਾ, ਜੇ ਕੋਈ ਬਾਹਰ ਅਮੈਰੀਕਾ ਕੈਨੇਡਾ ਕਿਹਦੇ ਮੁਲਕ 'ਚ ਬੈਠਾ ਸਾਡੀ ਪੂਰੀ ਸਪੋਰਟ ਕਰੇ, ਇੱਦਾਂ ਦਾ ਕੋਈ ਕਲਾਕਾਰ ਵੀ ਦੁਬਾਰਾ ਇੱਦਾਂ ਦੀ ਚੂੰ ਪਾਇਆ ਕਰੇ, ਅਸੀਂ ਉਹਦੀ ਧੌਣ 'ਤੇ ਗੋਡਾ ਰੱਖਾਂਗੇ, ਗਰੰਟੀ ਨਾਲ ਸਟਾਮ 'ਤੇ ਸਾਈਨ ਕਰਕੇ ਦਿੰਦੇ ਹਾਂ, ਨਾ ਕਰ ਸਕੇ ਤਾਂ ਦੇਣਦਾਰ ਹੋਵਾਂਗੇ ਪੰਥ ਦੇ। ਪਰ ਗੱਲ ਇਹ ਹੈ, ਧਰਨੇ ਲਾਇਆ ਕੁਝ ਨਹੀਂ ਹੋਣਾ, ਧਰਨੇ ਲਾ ਰਹੇ ਠੀਕ ਆ, ਦਲੀਲ ਲਾਏ ਆ ਜੀ ਸਦਕੇ ਲਾਓ, ਅਸੀਂ ਨਹੀਂ ਕਹਿੰਦੇ ਵੀ ਨਾ ਲਾਓ, ਲਾਉਣਾ ਚਾਹੀਦਾ, ਜਿੱਥੇ ਲੋੜ ਆ ਉੱਥੇ ਲਾਓ। ਪਰ ਜੇ ਇਹਨਾਂ ਲੰਡੂ ਜਿਹੇ ਕਲਾਕਾਰਾਂ ਵਾਸਤੇ ਧਰਨੇ ਲਾਉਣੇ ਆ, ਤਾਂ ਮੈਂ ਕਹਿੰਦਾ ਸਾਡੇ ਵਾਸਤੇ ਇਹਦੇ ਨਾਲੋਂ ਵੱਡੀ ਸ਼ਰਮ ਦੀ ਕੋਈ ਗੱਲ ਨਹੀਂ ਹੈ। ਇਹੋ ਜਿਹੇ ਲੰਡੂ ਜਿਹੇ ਕਲਾਕਾਰਾਂ ਵਾਸਤੇ ਧਰਨੇ ਲਾਉਣੇ, ਇਹ ਕਿਹੜੇ ਦੇਸ਼ ਦੇ ਰਾਸ਼ਟਰਪਤੀ ਆ, ਇਹਨਾਂ ਵਾਸਤੇ ਧਰਨੇ ਲਾਉਣ ਦੀ ਕੋਈ ਲੋੜ ਨਹੀਂ ਹੈ। ਠੀਕ ਹੈ ਸਰਕਾਰ ਮੰਨਦੀ, ਠੀਕ ਹੈ ਨਹੀਂ ਮੰਨਦੀ, ਚੁੱਪ ਕਰਕੇ ਆਪੋ ਆਪਣੇ ਘਰਾਂ ਨੂੰ ਆ ਜਾਓ, ਬਾਹਰ ਬੈਠੇ ਕੋਈ ਸਾਨੂੰ ਕਰੋ ਪ੍ਰਮੋਟ, ਦਿਓ ਸਾਥ ਸਾਡਾ, ਅਸੀਂ ਇਹਦਾ ਅਖਾੜਾ ਜਿੱਥੇ ਵੀ ਲੱਗੂਗਾ ਅਸੀਂ ਜਾ ਕੇ ਦੀ ਧੌਣ 'ਤੇ ਗੋਡਾ ਰੱਖਾਂਗੇ, ਨਾ ਰੱਖ ਸਕੇ ਫਿਰ ਆਖਿਓ। ਇੱਦਾਂ ਧਰਨੇ ਧੁਰਨੇ ਲਾਇਆ ਕੁਝ ਨਹੀਂ ਹੋਣਾ, ਜਿਹੜੀ ਗੱਲ ਹੋਈ ਮਾੜਾ ਜਿਹਾ ਕਿਸੇ ਬੱਤੀ ਦਾ ਬਿੱਲ ਵੱਧ ਆ ਗਿਆ ਉਹਨੇ ਧਰਨਾ ਲਾ ਲਿਆ, ਕਿਸੇ ਦਾ ਮੁੰਡਾ ਨੌਕਰੀ 'ਤੇ ਨਾ ਲੱਗੇ ਤਾਂ ਧਰਨਾ ਲਾ ਲਿਆ, ਕਿਸੇ ਦੀ ਕਣਕ ਵੱਧ ਘੱਟ ਆ ਗਈ ਤਾਂ ਧਰਨਾ ਲਾ ਲਿਆ। ਯਾਰ ਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਵੱਲ ਝਾਤੀ ਮਾਰ ਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਦੇ ਧਰਨੇ ਲਾਏ ਆ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਵੀ ਧਰਨੇ ਲਾ ਕੇ ਬਹਿ ਜਾਓ, ਇਹ ਤਾਂ ਗਾਂਧੀ ਵਾਰ ਤੁਹਾਡੇ ਅੰਦਰ ਵੜ ਗਿਆ ਆਣ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਨਾ ਹੱਕ ਕਿਸੇ ਦਾ ਖਾਣਾ ਅਤੇ ਨਾ ਕਿਸੇ ਨੂੰ ਖਾਣ ਦੇਣਾ, ਨਾ ਕਿਸੇ ਨੂੰ ਡਰ ਦੇਣਾ ਅਤੇ ਨਾ ਕਿਸੇ ਦਾ ਡਰ ਰੱਖਣਾ, ਅਤੇ ਨਾ ਕਿਸੇ ਦੇ ਧਰਮ 'ਤੇ ਕਿੰਤੂ ਪਰੰਤੂ ਕਰਨਾ, ਅਤੇ ਨਾ ਆਪਣੇ ਧਰਮ 'ਤੇ ਕਿੰਤੂ ਪਰੰਤੂ ਕਰਨ ਵਾਲੇ ਨੂੰ ਬਰਦਾਸ਼ਤ ਕਰਨਾ। ਪਰ ਅੱਜ ਕੀ ਹੋ ਗਿਆ ਮੈਨੂੰ ਸਮਝ ਨਹੀਂ ਲੱਗਦੀ, ਸਾਡੇ ਵੀ ਰਾਜ ਜਿਹੜੇ ਢਾਡੀ ਆ, ਕਵੀਸ਼ਰ ਆ, ਪ੍ਰਚਾਰਕ ਆ, ਸਟੇਜਾਂ 'ਤੇ ਕਿੰਨੀਆਂ ਬੜੀਆਂ ਬੜੀਆਂ ਬਾਹਾਂ ਖਿਲਾਰ ਖਿਲਾਰ ਕੇ ਬੜੀਆਂ ਬੜੀਆਂ ਚੀਕਾਂ ਮਾਰ ਮਾਰ ਕੇ ਕਹਿੰਦੇ ਅਸੀਂ ਪੰਥ ਦੇ ਵਾਰਸ, ਅਸੀਂ ਆਹ ਕਰ ਦੇਣਾ, ਅਸੀਂ ਉਹ ਕਰ ਦੇਣਾ। ਆਹ
ਕਿੱਦਾਂ ਦੀਆਂ ਮੇਰੇ ਕੋਲ ਵੀਡੀਓ ਪਈਆਂ ਵਾ, ਕਿੱਦਾਂ ਦੇ ਲੋਕ ਮੈਨੂੰ ਫੋਨ ਕਰ ਕਰ ਕਹਿੰਦੇ ਬਾਬਾ ਜੀ ਇਸ ਵਿਸ਼ੇ ਤੇ ਗੱਲ ਕਰੋ, ਬਾਬਾ ਜੀ ਇਸ ਵਿਸ਼ੇ ਤੇ ਗੱਲ ਕਰੋ। ਮੈਂ ਕਿਹਾ ਮੈਂ ਕਿਹੜਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਮੈਨੂੰ ਆ ਤੁਸੀਂ ਸਾਰਾ ਕੁਝ ਭੇਜੀ ਜਾਂਦੇ ਜੇ, ਪੰਥ ਦੇ ਬੜੇ ਬੜੇ ਜਥੇਦਾਰ ਬੈਠੇ, ਬੜੇ ਬੜੇ ਢਾਡੀ ਬੈਠੇ, ਬੜੇ ਬੜੇ ਕਮਿਸ਼ਨਰ ਬੈਠੇ, ਬੜੇ ਬੜੇ ਪ੍ਰਚਾਰਕ ਬੈਠੇ, ਇਹਨਾਂ ਨੂੰ ਭੇਜੋ, ਇਹ ਕਿਉਂ ਨਹੀਂ ਬੋਲਦੇ ਹੋ? ਕਹਿੰਦੇ ਬਾਬਾ ਜੀ ਉਹਨਾਂ ਨੇ ਪੈਸੇ ਕਮਾਉਣੇ, ਇਕੱਲੇ ਉਹ ਕਮਾ ਰਹੇ, ਬਸ ਉਹਨਾਂ ਨੇ ਹੋਰ ਕੁਝ ਨਹੀਂ ਕਰਨਾ। ਪਰ ਮੈਂ ਇਹ ਗੱਲ ਕਹਿੰਦਾ ਹਾਂ, ਠੀਕ ਆ, ਜੇ ਗੁਰੂ ਨੇ ਸਾਡੇ ਕੋਲ ਢਾਡੀ ਕਲਾ ਦੇ ਨਾਲ ਨਹੀਂ ਸੇਵਾ ਲੈਣੀ, ਉਹਦੀ ਖੁਸ਼ੀ ਆ। ਜਿਹੜੇ ਰੰਗ ਨਾਲ ਉਹਨੇ ਸੇਵਾ ਲੈਣੀ, ਉਸੇ ਢੰਗ ਨਾਲ ਸੇਵਾ ਕਰਾਂਗੇ, ਠੀਕ ਆ। ਜਿਹੜੇ ਬੰਦੇ ਖਲੋਣ ਵਾਲੇ ਆ, ਸਟੈਂਡ ਵਾਲੇ ਆ, ਸਾਡੇ ਨਾਲ ਸੰਪਰਕ ਕਰਨ, ਅਤੇ ਜਿਹੜੇ ਬਾਹਰ ਅੰਦਰ ਬੈਠੇ ਜਿਹਨਾਂ ਦੀ ਕੋਈ ਜ਼ਮੀਰ ਜਾਗਦੀ ਆ, ਜਿਹੜੇ ਵਾਕਿਆ ਕੁਝ ਕਰਨਾ ਚਾਹੁੰਦੇ, ਜਿਹੜੇ ਗੱਲਾਂ ਬਾਤਾਂ ਨਾਲ ਕੜਾਹ ਬਣਾਈ ਜਾਂਦੇ ਬਾਹਰ ਬੈਠੇ, ਉਹਨਾਂ ਦੀ ਕੋਈ ਲੋੜ ਨਹੀਂ ਹੈ। ਜਿਹੜੇ ਸਟੈਂਡ ਵਾਲੇ ਉਹ ਸਾਡੇ ਨਾਲ ਸੰਪਰਕ ਕਰਨ, ਤਾਂ ਜੋ ਇਹੋ ਜਿਹੇ ਲੰਡੂ ਕਲਾਕਾਰ, ਇਹਨਾਂ ਦੇ ਧਰਨੇ ਧੁਰਨੇ ਲਾਉਣ ਦੀ ਲੋੜ ਕੋਈ ਨਹੀਂ ਹੈ, ਪਰਚੇ ਪੁਰਚੇ ਕਰਾਉਣ ਦੀ ਲੋੜ ਨਹੀਂ, ਲੱਤ ਮਾਂ ਤੋੜ ਕੇ ਗੱਲ 'ਚ ਪਾਓ, ਆਪਣੇ ਆਪ ਹੀ ਦੂਜੇ ਤੀਜੇ ਨੂੰ ਪਤਾ ਲੱਗ ਜਾਣਾ। ਕਿਉਂਕਿ ਜਦੋਂ ਕੁਲਦੀਪ ਰੰਧਾਵੇ ਨੇ ਪਹਿਲਾਂ ਬਕਵਾਸ ਮਾਰੀ ਨਾ, ਉਦੋਂ ਉਹਨੇ ਮੁੜ ਕੇ ਸਪੱਸ਼ਟੀਕਰਨ ਦੇ ਦਿੱਤਾ ਜੀ, ਮੁੜ ਕੇ ਮਾਫ਼ੀਨਾਮਾ ਵੀ ਦੇ ਦਿੱਤਾ, ਸਾਰਾ ਕੁਛ ਹੋ ਗਿਆ। ਇਹ ਵਾਰ ਵਾਰ ਇੱਦਾਂ ਹੀ ਕਲਾਕਾਰਾਂ ਨੇ ਕਰਨਾ ਵਾ, ਕਿਉਂਕਿ ਜਦੋਂ ਕੋਈ ਕਿਸੇ ਦੇ ਆਂਟੀ ਬੋਲਦਾ, ਉਹਦੀ ਵੀਡੀਓ ਵੱਧ ਤੋਂ ਵੱਧ ਵਾਇਰਲ ਕਰਦੇ ਆ, ਸ਼ੇਅਰ ਕਰਦੇ ਆ। ਇਸ ਕਰਕੇ ਇਹਨਾਂ ਲੋਕਾਂ ਨੂੰ ਇੱਕੋ ਇੱਕ ਸਮਝਾਉਣ ਦਾ ਤਰੀਕਾ, ਜਿਵੇਂ ਤੁਸੀਂ ਸਾਰੇ ਜਾਣਦੇ ਜੋ ਸਾਡੇ ਸਿੰਘ ਭਰਾ ਤਿਆਰ ਬਰ ਤਿਆਰ ਇੱਕ 47 ਮੋਢਿਆਂ 'ਤੇ ਸੋਭਾ ਪਾਉਂਦੀਆਂ, ਉਦੋਂ ਕਲਾਕਾਰ ਕੋਈ ਚੂੰ ਕਰਕੇ ਵਿਖਾਉਂਦਾ, ਉਦੋਂ ਕੋਈ ਗਲਤ ਬੋਲ ਕੇ ਵਿਖਾਉਂਦਾ ਇਤਿਹਾਸ ਦੇ ਬਰਖਿਲਾਫ਼, ਕਿਉਂ ਨਹੀਂ ਬੋਲਦਾ? ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਧੌਣ 'ਤੇ ਗੋਡਾ ਰੱਖ ਦੇਣਾ, ਅੱਜ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸ਼ੋਅ ਅਪ ਵਾਲੇ ਹੀ ਆ। ਹੁਣ ਕਈਆਂ ਨੇ ਇਹ ਗੱਲ ਆਖਣੀ ਵੀ ਫੇਸਬੁੱਕ 'ਤੇ ਬਹਿ ਕੇ ਗੱਲਾਂ ਕਰਦੇ, ਇੱਦਾਂ ਕਰਦੇ, ਉੱਦਾਂ ਕਰਦੇ, ਕਹਿੰਦੇ ਫੇਸਬੁੱਕ 'ਤੇ ਯਾਰ ਗੱਲਾਂ ਕਰਦੇ, ਠੀਕ ਆ, ਕੀ ਕਰੀਏ? ਦੱਸੋ ਸਾਨੂੰ ਕਿਹਦੇ ਸਾਹਮਣੇ ਪਾਉਣਾ? ਪੰਥ ਦਾ ਜਥੇਦਾਰ ਲਿਆਓ, ਜਥੇਬੰਦੀਆਂ ਦੇ ਜਥੇਦਾਰ ਲਿਆਓ, ਕਿਹਦੇ ਸਾਹਮਣੇ ਬਹੀਏ? ਕਿਹਨੂੰ ਇਹ ਗੱਲ ਪੁੱਛੀਏ? ਦੱਸੋ, ਸਾਡੇ ਸਾਹਮਣੇ ਬਾਹੋ, ਜਿਹਨੂੰ ਨਾ ਪੁੱਛਾਂਗੇ ਜਾਂ ਸਾਨੂੰ ਸੱਦੋ, ਅਸੀਂ ਨਾ ਆਵਾਂਗੇ, ਫਿਰ ਗੱਲ ਕਰਿਓ। ਗੱਲ ਇਹ ਆ, ਅਸੀਂ ਸਾਰੇ ਪਾਸੇ ਭੱਜਣਾ ਹਟ ਕੇ ਵੇਖ ਲਿਆ, ਸਾਨੂੰ ਕੋਈ ਜਥੇਦਾਰ ਨਜ਼ਰ ਨਹੀਂ ਆਉਂਦਾ, ਨਾ ਭਾਵੇਂ ਅਕਾਲ ਤਖ਼ਤ ਦਾ ਹੋਵੇ, ਭਾਵੇਂ ਕੋਈ ਜਥੇਬੰਦੀ ਦਾ ਹੋਵੇ, ਇਹੋ ਜਿਹਾ ਕੋਈ ਬੰਦਾ ਨਹੀਂ ਜਿਹੜਾ ਬੰਦਾ ਇਹ ਗੱਲ ਆਖੇ ਵੀ ਹਾਂ ਪੁੱਤ ਤੁਹਾਡੇ ਨਾਲ ਆਈ, ਤੁਹਾਡੇ ਸੀਨੀਅਰ ਆ, ਤੁਹਾਡੇ ਆਗੂ ਆ, ਤੁਹਾਡੇ ਜਥੇਦਾਰ ਆ, ਤੁਹਾਡੀ ਕੰਧ 'ਤੇ ਸਾਡਾ ਹੱਥ ਆ, ਸਰਕਾਰੀ ਦਰਬਾਰੇ ਅਸੀਂ ਤੁਹਾਡੀ ਸਪੋਰਟ ਕਰਾਂਗੇ, ਬਾਕੀ ਬੰਦੇ ਦੇ ਪੁੱਤ ਬਣਾਓ, ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਅਸੀਂ ਤੁਹਾਨੂੰ ਦਿੰਦੇ ਹਾਂ। ਇਹ ਲੋਕਾਂ ਨੂੰ ਸੁਧਾਰਨ ਵਾਸਤੇ ਸਾਨੂੰ ਸਟੈਂਡ ਲੈਣਾ ਪੈਣਾ, ਨਹੀਂ ਤਾਂ ਫਿਰ ਜਣਾ ਕਣਾ ਉੱਠ ਕੇ ਆ। ਪਤਾ ਨਹੀਂ ਇੱਕ ਮੁੰਡਾ ਜਿਹਾ ਇੰਸਟਾਗ੍ਰਾਮ ਦੇ ਉੱਤੇ ਨਾਂ ਨਹੀਂ ਮੈਨੂੰ ਉਹਦਾ ਆਉਂਦਾ, ਉਹਦੀਆਂ ਵੀਡੀਓ ਮੇਰੇ ਕੋਲ ਪਈਆਂ, ਉਹ ਸਿੱਖਾਂ ਬਾਰੇ, ਸਿੱਖ ਇਤਿਹਾਸ ਬਾਰੇ, ਬਾਬਾ ਜਰਨੈਲ ਸਿੰਘ ਬਾਰੇ, ਸਿੰਘਾਂ ਬਾਰੇ ਇੰਨੀ ਗਲਤ ਸ਼ਬਦਾਵਲੀ ਵਰਤਦਾ। ਮੈਂ ਸਿਡਨੀ ਵਿੱਚ ਬੈਠਾ ਹੋ ਤਾਂ ਸਿਡਨੀ ਵਿੱਚ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਉੱਥੇ ਸਿੱਖ ਹੈ ਨਹੀਂ। ਜੇ 176 ਦੇਸ਼ਾਂ ਦੇ ਵਿੱਚ ਸਿੱਖ ਬੈਠੇ ਆ ਤਾਂ ਕੀ ਗੱਲ ਸਿਡਨੀ ਵਿੱਚ ਕੋਈ ਸਿੱਖ ਨਹੀਂ ਹੈਗਾ? ਜਦੋਂ ਬਾਬੇ ਜਰਨੈਲ ਸਿੰਘ ਦੀ ਫੋਟੋ 'ਤੇ ਉਹ ਆਪਣਾ ਜਿਹੜਾ ਪੈਰ ਦਾ ਜੋੜਾ ਘਸਾਉਣ ਡਿਆ ਉੱਤੇ ਮੂੰਹ 'ਤੇ ਲਾਉਣ ਡਿਆ, ਉਹਨੂੰ ਬਾਬੇ ਜਰਨੈਲ ਸਿੰਘ ਨੂੰ ਮੰਦੇ ਸ਼ਬਦ ਬੋਲਦਾ ਪਿਆ, ਕੀ ਗੱਲ ਜਿਹੜੇ ਅਮੈਰੀਕਾ, ਕਨੇਡਾ, ਹੋਰ ਦੇਸ਼ਾਂ ਵਿੱਚ ਬੈਠੇ ਆ ਉੱਥੇ ਸਿੱਖ ਨਹੀਂ ਹੈਗੇ? ਕਿ ਇਕੱਲਾ ਮਰਨ ਵਾਸਤੇ ਇਕੱਲਾ ਪੰਜਾਬ ਦੇ ਵਿੱਚ ਹੀ ਬੈਠੇ ਆ ਵੀ ਤੁਹਾਡੇ ਅੰਦਰ ਜੇ ਕੋਈ ਜਜ਼ਬਾ ਹੀ ਨਹੀਂ ਹੈਗਾ, ਤੁਹਾਡੇ ਅੰਦਰ ਅਣਖੀ ਨਹੀਂ ਹੈਗੀ, ਕਿ ਜਾਂ ਉਹ ਲੋਕ ਕਹਿੰਦੇ ਵੀ ਨੱਚਣ ਟੱਪਣ ਵਾਲੇ, ਪਰ ਮੈਂ ਗੱਲ ਕਹਿੰਦਾ ਵੇਖੋ, ਨੱਚਣ ਟੱਪਣ ਵਾਲੇ ਹੋਣਗੇ, ਚੰਦ ਹੋਣਗੇ, ਟੱਪਦੇ ਨੇ ਟੱਪੀ ਜਾਣ, ਨੱਚਦੇ ਨੇ ਨੱਚੀ ਜਾਣ, ਪਰ ਖਾਲਸਾ ਪੰਥ ਸਦਾ ਹੀ ਤਤਪਰ ਰਿਹਾ, ਤਿਆਰ ਬਰ ਤਿਆਰ ਰਿਹਾ ਵਾ, ਉਹ ਸਦਾ ਤਿਆਰ ਬਰ ਤਿਆਰ ਰਹੇਗਾ। ਸਿਰਫ ਉਡੀਕ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ, ਸਾਨੂੰ ਉਹੋ ਜਿਹੇ ਵੀਰਾਂ ਦੀ, ਉਹਨਾਂ ਭਰਾਵਾਂ ਦੀ ਲੋੜ ਹੈ ਜਿਹੜੇ ਸਾਡੇ ਸਪੋਰਟ ਕਰ ਸਕਣ, ਸਾਡਾ ਸਾਥ ਦੇ ਸਕਣ। ਸਾਨੂੰ ਕੱਚਿਆਂ ਪਿੱਲਿਆਂ ਦੀ ਕੋਈ ਲੋੜ ਨਹੀਂ, ਸਾਨੂੰ ਤਾਂ ਇਹੋ ਜਿਹੇ ਮਿਲਦੇ ਵੀ ਰਾਤ ਨੂੰ ਫੋਨ ਕਰਦੇ, ਬਾਬਾ ਜੀ ਸਵੇਰੇ ਆ ਜਾਓ ਉੱਥੇ, ਤਾਂ ਮੁੜ ਕੇ ਕਹਿ੣ਦੇ ਜੀ ਪਿੰਡ ਦੀ ਕਮੇਟੀ ਕਹਿੰਦੀ ਬਾਬਾ ਜੀ ਤੁਹਾਡੇ ਖਿਆਲ ਬੜੇ ਗਰਮ ਆ, ਇਸ ਕਰਕੇ ਸਾਨੂੰ ਮਾਫ਼ ਕਰਿਓ, ਸੌਰੀ ਸੌਰੀ ਕਹਿ ਕੇ ਸਾਰ ਦਿੰਦੇ। ਪਰ ਇੱਦਾਂ ਦੇ ਨਹੀਂ, ਸਾਨੂੰ ਬੰਦੇ ਚੰਗੇ ਟੱਕਰਨਗੇ ਜਿੱਦਣ ਸਪੋਰਟ ਕਰਨ ਵਾਲੇ, ਉੱਦਣ ਦੱਸਾਂਗੇ ਕਰਕੇ ਵੀ ਖਾਲਸਾ ਰਾਜ ਕਰਦਾ ਅਤੇ ਕਰਦਾ ਕਰਦਾ ਅਤੇ ਕਰਦਾ ਸੀ ਅਤੇ ਕਰਦਾ ਰਹੇਗਾ। ਜਿੱਦਣ ਉਹ ਸਾਨੂੰ ਬੰਦੇ ਟੱਕਰਗੇ, ਉੱਦਣ ਤੁਹਾਨੂੰ ਦੱਸਾਂਗੇ ਵੀ ਇੱਦਾਂ ਰਾਜ ਕਰੀਦਾ। ਕਿਉਂਕਿ ਜਿਨ੍ਹਾਂ ਦੇ ਕੋਲ ਖੁੱਲ੍ਹੀ ਮਾਇਆ, ਜਿਨ੍ਹਾਂ ਦੇ ਕੋਲ ਗੱਡੀਆਂ, ਜਿਨ੍ਹਾਂ ਕੋਲ ਸ਼ਸਤਰ ਬਸ਼ਤਰ ਸਾਰਾ ਕੋਲ ਹੋਣ ਦੇ ਬਾਵਜੂਦ ਵੀ ਉਹ ਚੱਡਿਆਂ 'ਚ ਪੂਛਾਂ ਲੈ ਕੇ ਬੈਠੇ ਆ, ਕਿਉਂ ਬੈਠੇ? ਕਿਉਂਕਿ ਉਹਨਾਂ ਦੀ ਸਰਕਾਰ ਦੇ ਨਾਲ ਰਲੀ ਹੋਈ ਹੈ। ਅਸੀਂ ਸਰਕਾਰ ਨਾਲ ਰਲ ਕੇ ਨਹੀਂ, ਅਸੀਂ ਸਿਰਫ ਇਹ ਗੱਲ ਆ, ਜਿੱਥੇ ਕੋਈ ਧੱਕਾ ਹੋਵੇਗਾ ਉਸ ਧੱਕੇ ਦੇ ਵਿਰੁੱਧ ਹੋਵਾਂਗੇ, ਨਾ ਕਿਸੇ ਦੇ ਧਰਮ ਦੇ ਉੱਤੇ ਕਿੰਤੂ ਪਰੰਤੂ ਕਰਦੇ ਹਾਂ, ਅਤੇ ਨਾ ਆਪਣੇ 'ਤੇ ਅਸੀਂ ਕਰਨੀ ਬਰਦਾਸ਼ਤ ਕਰਾਂਗੇ। ਪਰ ਜਾਗਦੀਆਂ ਜ਼ਮੀਰਾਂ ਵਾਲੇ ਸਾਡੇ ਨਾਲ ਰਾਬਤਾ ਜ਼ਰੂਰ ਕਰਿਓ, 9871-7-8-85, ਅਤੇ ਮੁਰਦਾ ਜਿਹੜੇ ਨੇ ਉਹ ਬੇਸ਼ੱਕ ਨਾ ਫੋਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।